ਇੱਕ ਘਰ ਦੇ ਵਿੱਚ ਲੱਗੀ ਜੋਤ ਤੋਂ ਭਿਆਨਕ ਅੱਗ ਲੱਗੀ ਜਿਸ ਨੇ ਪੂਰੇ ਘਰ ਅਤੇ ਇੱਕ ਦੁਕਾਨ ਦੇ ਸਟੋਰ ਨੂੰ ਲਪੇਟ ਵਿੱਚ ਲਿਆ ਏ। ਫਰੀਦਕੋਟ ਦੇ ਰਿਹਾਇਸ਼ੀ ਇਲਾਕੇ ਦੇ ਵਿੱਚ ਕਰਿਆਨੇ ਦੀ ਦੁਕਾਨ ਦੇ ਸਟੋਰ ਅਤੇ ਇੱਕ ਘਰ ਨੂੰ ਭਿਆਨਕ ਅੱਗ ਲੱਗੀ ਹੈ। ਹਫੜਾ ਦਫੜੀ ਦਾ ਮਾਹੌਲ ਬਣ ਗਿਆ। ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਜਿਸ ਤੋਂ ਬਾਅਦ ਕਈ ਘੰਟੇ ਬਾਅਦ ਕੜੀ ਮਸ਼ਕਤ ਬਾਅਦ ਇਸ ਅੱਗ ਤੇ ਕਾਬੂ ਪਾਇਆ ਗਿਆ। ਕਰਿਆਨੇ ਦੀ ਦੁਕਾਨ ਦਾ ਸਟੋਰ ਔਰ ਉਸਦੇ ਨਾਲ ਇੱਕ ਰਿਹਾਇਸ਼ ਬਣੀ ਹੋਈ ਸੀ। ਘਰ ਵਾਲਿਆਂ ਦੇ ਵੱਲੋਂ ਘਰ ਦੇ ਵਿੱਚ ਬਣੇ ਪੂਜਾ ਸਥਾਨ ਤੇ ਜੋਤ ਜਗਾਈ ਗਈ ਜਿਸ ਤੋਂ ਬਾਅਦ ਘਰ ਦੇ ਮੈਂਬਰ ਵੋਟ ਕਰਨ ਦੇ ਲਈ ਚਲੇ ਗਏ। ਪਿੱਛੋਂ ਘਰ ਨੂੰ ਭਿਆਨਕ ਅੱਗ ਲੱਗੀ। ਆਂਢ ਗੁਆਂਢ ਵਾਲਿਆਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਆਪਣੇ ਪੱਧਰ ਤੇ ਇਸ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਅੱਗੇ ਤੋਂ ਅੱਗੇ ਫੈਲਦੀ ਗਈ ਤਾਂ ਆਖਿਰਕਾਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ। ਕਰੀਬ ਡੇਢ ਘੰਟੇ ਬਾਅਦ ਇਸ ਭਿਆਨਕ ਅੱਗ ਤੇ ਕਾਬੂ ਪਾਇਆ ਗਿਆ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ ਪਰ ਘਰ ਦੇ ਵਿੱਚ ਪਿਆ ਸਮਾਨ ਤੇ ਸਟੋਰ ਦੇ ਵਿੱਚ ਪਿਆ ਸਮਾਨ ਸੜ ਕੇ ਸਵਾਹ ਹੋ ਗਿਆ। ਇਹ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬਾਲਟੀ ਦੇ ਨਾਲ ਘਰ ਦੇ ਵਿੱਚ ਲੱਗੀ ਭਿਆਨਕ ਅੱਗ ਤੇ ਕਾਬੂ ਪਾਇਆ ਜਾ ਰਿਹਾ। ਘਰ ਦੇ ਵਿੱਚ ਜੋਤ ਲਗਾ ਕੇ ਸਾਰੇ ਮੈਂਬਰ ਵੋਟ ਕਰਨ ਦੇ ਲਈ ਚਲੇ ਗਏ ਤਾਂ ਪਿੱਛੋਂ ਘਰ ਦੇ ਵਿੱਚ ਅੱਗ ਦੇ ਭਾਂਬੜ ਮੱਚ ਗਏ। ਕਰਿਆਨੇ ਦੀ ਦੁਕਾਨ ਸੀ ਔਰ ਉਸਦਾ ਸਟੋਰ ਜੋ ਇਸ ਘਰ ਦੇ ਨਾਲ ਸੀ ਉਸ ਦੇ ਵਿੱਚ ਵੀ ਅੱਗ ਦੇ ਭਾਂਬੜ ਮੱਚੇ ਨੇ ਜਿਸ ਤੋਂ ਬਾਅਦ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ। ਕਰਨੇ ਸਾਡੇ ਵਾਰਡ ਨੰਬਰ 20 ਚ ਪੁਰਾਣੇ ਡਾਕਖਾਨੇ ਸਾਹਮਣੇ ਪਾਲੀ ਕਰਿਆਨੇ ਦਾ ਕੰਮ ਕਰਦਾ। ਉਹ ਦੱਸਣ ਅਨੁਸਾਰ ਵੀ ਜੋਤ ਜਗਾ ਕੇ ਘਰੇ ਵੋਟ ਪਾਉਣ ਚਲੇ ਗਏ ਗਾਂਧੀ ਸਕੂਲ ਚ ਤੇ ਉੱਥੇ ਪਤਾ ਲੱਗਾ ਕਿ ਉਹਨਾਂ ਦੇ ਘਰ ਨੂੰ ਅੱਗ ਲੱਗ ਗਈ ਹੈ। ਮੌਕੇ ਤੇ ਫਾਇਰ ਬ੍ਰਿਗੇਡ ਮੰਗਾ ਕੇ ਅੱਗ ਤੇ ਕਾਬੂ ਪਾਇਆ ਗਿਆ ਜੋ ਸਥਿਤੀ ਕੰਟਰੋਲ ਚ ਆ। ਹੁਣ ਕਿੰਨਾ ਕੁ ਨੁਕਸਾਨ ਹੋਇਆ? ਨੁਕਸਾਨ ਆ, ਇੱਕ ਸਟੋਰ ਨੂੰ ਅੱਗ ਲੱਗੀ, ਉੱਪਰ ਨੀਚੇ ਇਹਨਾਂ ਦੀ ਦੁਕਾਨ ਆ, ਉੱਪਰ ਇਹਨਾਂ ਦੀ ਰਹਿਸ਼ ਹੈ ਤੇ ਜੋ ਉੱਤੇ ਸਟੋਰ ਵਗੈਰਾ ਬਣਿਆ ਸਿਲੰਡਰ ਵਗੈਰਾ ਪਏ ਸੀ, ਸਿਲੰਡਰ ਮੌਕੇ ਤੇ ਚੱਕ ਕੇ ਬਾਹਰ ਛੱਡ ਤੇ ਤੇ ਫਾਇਰ ਬ੍ਰਿਗੇਡ ਨਾਲ ਅੱਗ ਬੁਝਾ ਲਈ ਗਈ, ਅੱਗ ਤੇ ਕਾਬੂ ਪਾ ਲਿਆ। ਹਨੇਰੀ ਨਾ ਨੀ, ਦੱਸਣ ਅਨੁਸਾਰ ਵੀ ਜੋਤ ਜਗਾਈ ਸੀ ਘਰੇ, ਜੋਤ ਤੋਂ ਹੀ ਅੱਗ ਲੱਗੀ। ਹੁਣ ਕਿੱਦਾਂ? ਹੁਣ ਬਿਲਕੁਲ ਹਾਲਾਤ ਠੀਕ ਹੈ ਜੀ, ਅੱਗ ਤੇ ਕਾਬੂ ਪਾਇਆ ਗਿਆ ਤੇ ਥੱਲੇ ਜਿਹੜਾ ਦੁਕਾਨ ਸੀ ਦੁਕਾਨ ਨੂੰ ਕੋਈ ਨੁਕਸਾਨ ਨਹੀਂ ਹੋਇਆ ਜੀ। ਸਾਨੂੰ ਸੂਚਨਾ ਮਿਲੀ ਜੀ ਇੱਥੇ ਅੱਗ ਲੱਗੀ ਆ, ਅੱਗ ਲੱਗਦੇ ਤੁਸੀਂ ਘਰ ਦੇਖ ਸਕਦੇ, ਘਰ ਦੇ ਨਾਲ ਕਰਿਆਨਾ ਸਟੋਰ ਸੀਗਾ ਮਾੜਾ ਮੋਟਾ, ਉਹਨੂੰ ਅੱਗ ਲੱਗੀ ਆ ਤੇ ਜਿਸ ਦੀ ਸਾਨੂੰ ਸੂਚਨਾ ਮਿਲਦਾ ਸਰ ਅਸੀਂ ਤੁਰੰਤ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਅੱਗ ਤੇ ਕਾਬੂ ਪਾ ਚੁੱਕੇ ਹਾਂ। ਕਿੰਨਾ ਕੁ ਨੁਕਸਾਨ? ਹਾਂਜੀ, ਨੁਕਸਾਨ ਕਿੰਨਾ ਗਿਆ? ਨੁਕਸਾਨ ਦੇ ਅੰਦਰ ਦੇਖੋ ਪਲਾਸਟਿਕ ਦਾ ਥੋੜਾ ਬਹੁਤਾ ਸਮਾਨ ਪਿਆ, ਕੁਛ ਘਰ ਦੀਆਂ ਚੀਜ਼ਾਂ ਪਈਆਂ ਹੋਈਆਂ, ਉਹਨਾਂ ਨੂੰ ਅੱਗ ਲੱਗੀ। ਕਾਰਨ ਪਤਾ ਕੀ ਗੱਲ ਹੋਈ? ਨਹੀਂ ਸਰ, ਕਾਰਨ ਇਹ ਜਾਂਚ ਕਰਨ ਤੋਂ ਬਾਅਦ ਪਤਾ ਲੱਗੇਗਾ।